ਸਵਾਗਤ ਆ ਵੀਰੇ ਸਾਰਿਆਂ ਦਾ ਭਲਵਾਨ ਟਰੈਕਟਰ ਪਟਿਆਲਾ। ਆ ਇੱਕ ਟਰੈਕਟਰ ਦੀ ਭਾਅ ਜੀ ਵੀਡੀਓ ਪਾਉਣੀ ਸੀਗੀ। ਇੱਕ ਆਪਣਾ ਇੱਥੇ ਮਾਰਕੀਟ 'ਚ ਹੀ ਆ ਬੰਦਾ, ਮੁੰਡਾ ਉਹਦਾ ਟਰੈਕਟਰ ਬਾਈ, ਕਹਿੰਦਾ ਬਈ ਮੇਰੇ ਟਰੈਕਟਰ ਦੀ ਵੀਡੀਓ ਪਾ ਦਿਉ। ਆਰ ਐਕਸ 42 ਹੈ ਭਰਾ ਦਾ ਟਰੈਕਟਰ, DI 42 ਆਰ ਐਕਸ, ਬਹੁਤ ਸ਼ਾਨਦਾਰ ਟਰੈਕਟਰ ਨੇ ਮੇਰੇ ਕੋਲ। 42 ਹੋਰਸ ਪਾਵਰ ਟਰੈਕਟਰ ਹੋਊਗਾ ਇਹ, ਅਤੇ ਛੋਟੇ ਬਾਈ ਕੰਮ ਵਾਸਤੇ ਜਾਂ ਆਪਣਾ ਕਿਸੇ ਨੇ ਘੱਟ ਕੀਮਤ ਲਾਉਣੀ ਹੁੰਦੀ ਆ। 1,40,000 ਰੁਪਇਆ ਕੁੱਲ ਡਿਮਾਂਡ ਆ ਟਰੈਕਟਰ ਦੀ ਮੇਰੇ ਕੋਲ। ਇਹ 11 ਮਾੜਾ ਮਾਡਲ ਟਰੈਕਟਰ ਹੋਣਾ। ਬਾਕੀ ਪ੍ਰੋਪਰ ਤੁਸੀਂ ਵਟਸਐਪ 'ਤੇ ਕਾਲ ਕਰ ਲਿਆ ਕਰੋ ਜਾਂ ਮੈਸੇਜ ਕਰ ਦਿਆ ਕਰੋ, 98145,043 'ਤੇ ਹੀ ਨੰਬਰ ਹੈ। ਟਾਇਰ ਬਾਈ ਜੀ ਤੁਹਾਨੂੰ ਪਾਉਣੇ ਪੈਣਗੇ, ਦੇਖੋ ਟਾਇਰ ਟਰੈਕਟਰ 'ਤੇ ਡਾਉਣਾ। ਕੀਮਤ ਦੇ ਹਿਸਾਬ ਨਾਲ ਬਾਈ ਜੀ ਦੇਖੋ ਚੀਜ਼ ਹੁੰਦੀ ਹੈ, ਜਿਵੇਂ ਅਗਲਾ ਇਹਦੇ ਟਾਇਰ ਪਾ ਦੂਗਾ ਤਾਂ ਉਹੀ ਕੀਮਤ ਉੱਪਰ ਚਲੇ ਜਾਣੀ ਹੈ। ਅਤੇ ਤੁਸੀਂ ਆਪਣੀ ਮਨਪਸੰਦ ਨਾਲ ਟਾਇਰ ਟੱਲਾ ਆਪਣਾ ਪਾ ਸਕਦੇ ਹੋ, ਕਿਹੜਾ ਕਿਸੇ ਨੇ ਅੱਧੇ ਪਾਉਣੇ ਆ, ਕਿਸੇ ਨੇ 40 ਪੈਸੇ ਪਾਉਣੇ ਆ, ਸਰਦਾ ਹੁੰਦਾ ਕਈ ਵਾਰ ਬਾਈ ਅਗਲੇ ਨੇ ਆਪਣੀ ਆਪਣੀ। ਬਾਕੀ ਬਾਈ ਜੀ ਆਹ ਤੇਲ ਬ੍ਰੇਕਾਂ 'ਚ ਟਰੈਕਟਰ ਦੇਖੋ, ਟੋਟਲੀ ਇਹ ਟਰੈਕਟਰ ਬਾਈ ਜੀ ਰਿਪੇਅਰ ਹੀ ਨਹੀਂ ਇਹਨਾਂ ਟਰੈਕਟਰਾਂ ਦੀ, ਬਹੁਤ ਘੱਟ ਰਿਪੇਅਰ ਨਿਕਲਦੀ ਇਹਨਾਂ ਟਰੈਕਟਰਾਂ ਦੀ। ਇੰਜਨ DI 'ਚ ਆ ਕੇ ਮੂਹਰੇ ਪੇਟ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ। ਟਾਇਰ ਬਾਈ ਜੀ ਖਤਮ ਨੇ ਚਾਰੇ, ਟਾਇਰ ਤਾਂ ਸਮਝੋ ਇੱਥੇ ਹੀ ਪਾ ਕੇ ਲਿਜਾਣਾ ਪਊਗਾ ਤੁਹਾਨੂੰ ਟਰੈਕਟਰ। ਮਰਗਾਟ ਇਹੀ ਰਿਪੇਅਰ ਹੋ ਜਾਣਗੇ, ਮਰਗਾਟ ਹੈਗੇ ਨੇ ਗਲੇ ਹੋਏ ਮਾੜੇ ਮਾੜੇ, ਇਹ ਰੀਨਲ ਨੇ ਜਿਵੇਂ ਉੱਧਰਲੇ ਸਟੇਟਾਂ ਦੇ ਵਿੱਚ ਪਾਣੀ ਪੂਣੀ ਦੀ ਮਾਰ ਲਾ ਲਓ, ਕੁਛ ਚਲਾਈ ਲਾ ਲਓ, ਪਾਣੀ ਵੀ ਥੋੜ੍ਹਾ ਜਿਹਾ। ਸੋਨਾਲੀਕਾ ਇੰਟਰਨੈਸ਼ਨਲ 2010 ਮਾਡਲ ਹੈ ਵੀਰੇ, 10 ਦੇ ਮਾਰ ਕੇ ਨੇ, 2010 ਮਾਡਲ ਆ ਟਰੈਕਟਰ। ਅਮਰਗੜ੍ਹ ਨੇ ਛੱਤਾਂ, ਇੱਥੇ ਆ ਡੈਂਟਰ ਆਪਣੇ ਇੱਥੇ ਸਾਹਮਣੇ ਹੀ ਬੈਠੇ ਨੇ, ਇਹਨਾਂ ਕੋਲ ਡੈਂਟਰ ਇੱਥੇ। ਮੈਂ ਕਿਹਾ 2,000 ਰੁਪਏ 'ਚ ਸਾਰਾ ਤੁਹਾਡਾ ਕੰਮ ਕਰ ਦੇਣਗੇ, ਸ਼ੋਅ ਦਾ ਤਾਂ ਅਮਰਗੜ੍ਹਾਂ ਦਾ ਵਧੀਆ। ਅਤੇ ਬਾਕੀ ਟਰੈਕਟਰ ਦੇ ਸਕਦੇ ਹੁੱਕ ਅਤੇ ਲਿੰਕਾਂ ਨਾਲ ਆ। 1,40,000 ਰੁਪਏ ਡਿਮਾਂਡ ਆ ਅਮਰਗੜ੍ਹ ਉੱਪਰੋਂ ਬਾਈ ਜੀ ਹੋਏ ਪਏ ਨੇ, ਇਹ ਹੋ ਜਾਣਗੇ। ਅਤੇ ਇੱਧਰਲੇ ਰਿਮ ਨੂੰ ਪਲੇਟ ਲੱਗੀ ਹੋਈ, ਇੱਕ ਆ ਸੀਲ ਵੀ ਲੀਕ ਆ ਇਹਦੀ, ਆ ਸੀਲ ਮੇਰੇ ਕੋਲ ਇੱਧਰਲੇ ਟਾਇਰ ਦੀ ਲੀਕ ਆ ਰਿਮ ਦੀ, ਆ ਸੀਲ ਲੀਕ ਹੈ ਇਹਦੀ, ਬਾਹਰਲੀ ਸੀਲ ਲੀਕ ਹੈ, ਸੀਲ ਪੈ ਜੂਗੀ, ਕੋਈ ਐਡਾ ਮਸਲਾ ਨਹੀਂ ਹੁੰਦਾ, ਉੱਧਰਲੀ ਠੀਕ ਆ। ਤੇਲ ਬ੍ਰੇਕਾਂ ਦੇ ਵਿੱਚ ਟਰੈਕਟਰ ਲਿਫਟ ਲੁਫਟ 'ਤੇ ਘੱਟ ਹੀ ਚੱਲਿਆ ਹੋਇਆ, ਅਗਰ ਟਰਾਲੀ ਟਰੂਲੀ 'ਤੇ ਮਾੜਾ ਮੋਟਾ ਚੱਲਿਆ ਹੋਣਾ। ਸ਼ੋ ਖੋਲ੍ਹ ਕੇ ਤੁਹਾਨੂੰ ਦਿਖਾਉਣਾ, ਅੱਗੇ ਖੋਲ੍ਹਣੀ ਹੈ ਸ਼ੋ ਇਹਦੀ, ਆ ਦੇਖ ਸਕਦੇ ਅੰਦਰੋਂ ਟਰੈਕਟਰ, ਪਿੱਛੇ ਹੋ ਕੇ ਵੀ ਦਿਖਾ ਦੇਣਾ ਤੁਹਾਨੂੰ। ਰੇਡੀਏਟਰ ਵਗੈਰਾ, ਏਅਰ ਕੰਡਰ, ਸੁੱਕਾ ਏਅਰ ਕੰਡਰ ਲੱਗਿਆ ਹੋਇਆ, ਰੇਂਦਲ Type 3 ਇੰਜਣ ਆ ਜੀ, Term 3 ਕਹਿ ਦਿੰਦੇ ਹਾਂ, Term 3 ਕਹਿ ਦਿੰਦੇ ਹਾਂ, ਦੇਖੋ Term 3 ਮੀਨਸ ਹੋ ਗਿਆ ਜੀ ਬਾਜੀ, ਜਿਵੇਂ ਅੱਗੇ ਅੱਗੇ ਡੀਜ਼ਲ ਖਰਚੇ ਘਟਾਈ ਜਾਂਦੇ ਆ ਕੰਪਨੀਆਂ, ਧੂੰਆਂ ਘਟਾਈ ਜਾਂਦੇ ਨੇ, ਇਹਦੇ ਵਿੱਚ ਨੋਜ਼ਲਾਂ Type 3 ਦੀਆਂ ਨੇ, ਡੀਜ਼ਲ ਪੰਪ Type 3 ਦਾ ਹੋਊਗਾ। ਆਹ ਦੇਖ ਸਕਦੇ ਹਾਂ ਨੋਜ਼ਲਾਂ ਹੁੰਦੀਆਂ ਨੇ ਜਿਹੜੀਆਂ, ਫਿਰ Type 3 ਦੀਆਂ ਨੋਜ਼ਲਾਂ ਨੇ। ਬਾਕੀ ਅੰਦਰੋਂ ਸ਼ੋਅ ਵਗੈਰਾ ਸਾਫ਼ ਆ। ਦੇਖੋ ਟਰੈਕਟਰ ਜਿਹੜੇ ਹਨ ਬਾਹਰ ਦੇ ਨੰਬਰ ਨੇ ਨਾ, ਬਾਹਰਲੇ ਸਟੇਟਾਂ ਦੇ, ਇਹਨਾਂ ਦਾ ਮਾੜਾ ਮੋਟਾ ਹੱਥ ਪੱਲਾ ਮਾਰਨਾ ਹੀ ਪੈਂਦਾ। ਬਾਡੀ ਲਾਈਨ ਦੇ ਟਰੈਕਟਰ ਸਾਫ਼ ਹੁੰਦੇ ਨੇ, ਉੱਪਰਲੀ ਗ੍ਰੇਡੇਸ਼ਨ ਜਿਹੜੀ ਆਪਾਂ ਨੂੰ ਮਾੜੀ ਮੋਟੀ ਬਣਾਉਣੀ ਪੈਂਦੀ ਆ। ਰੇਟ ਅਨੁਸਾਰ ਟਰੈਕਟਰ ਠੀਕ ਹੁੰਦੇ ਨੇ, ਜਿਵੇਂ ਰੇਟ ਟਾਈਮਿੰਗ ਬਲੇਡ ਤਾਂ। ਬਾਕੀ ਟਰੈਕਟਰ ਤੁਹਾਨੂੰ ਦਿਖਾ ਦਿੱਤਾ, ਜੇ ਕਿਸੇ ਵੀਰ ਭਰਾ ਨੂੰ ਲੋੜ ਹੋਵੇ ਵਟਸਐਪ 'ਤੇ ਸੰਪਰਕ ਕਰ ਲਿਓ, DI RX 42। 1,40 ਡਿਮਾਂਡ ਆ, ਕੋਈ ਅਗਲਾ ਘੱਟ ਜਾਂਦਾ ਮੌਕੇ 'ਤੇ ਮਾੜਾ ਮੋਟਾ।